ਹਾਂ ਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਤੀਜੀ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 2 ਊਠ ਕਿੱਥੇ ਗਿਆ ਇਹ ਕਹਾਣੀ ਪੜਾਂਗੇ ਇਸ ਕਹਾਣੀ ਦੇ ਪ੍ਰਸ਼ਨ ਉੱਤਰ ਵੀ ਕਰਾਂਗੇ ਸਾਰੀ ਤੁਸੀਂ ਵੀਡੀਓ ਦੇਖਣੀ ਹੈ ਪ੍ਰਸ਼ਨ ਉੱਤਰ ਕਾਪੀਆਂ ਉੱਪਰ ਨੋਟ ਕਰਨੇ ਨੇ ਹੁਣ ਆਪਾਂ ਇਸ ਕਹਾਣੀ ਨੂੰ ਪੜਨਾ ਸ਼ੁਰੂ ਕਰਦੇ ਹਾਂ ਜੈਸਮੀਨ ਨੂੰ ਆਪਣੇ ਬਾਬਾ ਜੀ ਦੀ ਸੁਣਾਈ ਕਹਾਣੀ ਯਾਦ ਆ ਗਈ ਉਹ ਖੁੱਲ ਕੇ ਹੱਸੀ ਕਹਾਣੀ ਹੱਸਣ ਵਾਲੀ ਹੀ ਸੀ ਕਹਾਣੀ ਇਸ ਤਰ੍ਹਾਂ ਸੀ ਕਰੀਮੂ ਕੋਲ 10 ਊਠ ਸਨ ਉਸ ਦੇ ਪਿੰਡ ਤੋਂ ਦੂਰ ਸ਼ਹਿਰ ਵਿੱਚ ਊਠਾਂ ਦੀ ਮੰਡੀ ਲੱਗਦੀ ਸੀ। ਕਰੀਮੂ ਨੇ ਆਪਣੇ ਊਠ ਉਸ ਮੰਡੀ ਵਿੱਚ ਲੈ ਕੇ ਜਾਣੇ ਸਨ। ਰਾਹ ਲੰਮਾ ਤੇ ਰੇਤਲਾ ਸੀ, ਇਸ ਲਈ ਕਰੀਮੂ ਸਵੇਰੇ ਹੀ ਊਠਾਂ ਨੂੰ ਲੈ ਤੁਰਿਆ। ਉਸ ਨੇ ਊਠਾਂ ਨੂੰ ਕਤਾਰ ਵਿੱਚ ਤੋਰਿਆ। ਇੱਕ ਊਠ ਦੀ ਨਕੇਲ ਉਸ ਤੋਂ ਅਗਲੇ ਊਠ ਦੀ ਮੁਹਾਰ ਨਾਲ ਬੰਨ੍ਹ ਦਿੱਤੀ। ਇਸ ਤਰ੍ਹਾਂ ਸਾਰੇ ਊਠ ਇੱਕ ਦੇ ਪਿੱਛੇ ਇੱਕ ਤੁਰਨ ਲੱਗੇ। ਸੂਰਜ ਉੱਚਾ ਹੋਇਆ, ਰੇਤਲਾ ਰਾਹ ਪਖੜਨ ਲੱਗਿਆ। ਊਠਾਂ ਨੂੰ ਰੇਤਲੇ ਰਾਹ 'ਤੇ ਤੁਰਨਾ ਔਖਾ ਨਹੀਂ ਸੀ ਲੱਗਦਾ। ਕ੍ਰੀਮੂ ਲਈ ਰੇਤ 'ਤੇ ਉੱਤੇ ਤੁਰਨਾ ਸੌਖਾ ਨਹੀਂ ਸੀ। ਉਹ ਚੱਲਦਾ ਚੱਲਦਾ ਥੱਕ ਗਿਆ ਸੀ। ਰਾਹ ਵਿੱਚ ਕੋਈ ਰੁੱਖ ਨਹੀਂ ਸੀ। ਰੇਤਲੇ ਇਲਾਕੇ ਵਿੱਚ ਰੁੱਖ ਤਾਂ ਦੂਰ-ਦੂਰ ਤੱਕ ਵੀ ਨਹੀਂ ਸੀ। ਕ੍ਰੀਮੂ ਨੇ ਸੋਚਿਆ ਕਿ ਅਖੀਰਲੇ ਊਠ ਉੱਤੇ ਬੈਠਿਆ ਜਾਵੇ। ਇਸ ਤਰ੍ਹਾਂ ਨਾਲ ਅੱਗੇ ਤੁਰਦੇ ਸਾਰੇ ਊਠ ਦਿਸਦੇ ਰਹਿਣਗੇ। ਤਾਂ ਪਿਆਰੇ ਬੱਚਿਓ ਤੁਸੀਂ ਦੇਖ ਸਕਦੇ ਹੋ ਇੱਕ ਰੀਮੂ ਹੈ ਊਠ ਊਠ ਉੱਪਰ ਬੈਠੇ ਹੈ ਠੀਕ ਹੈ ਰੇਗਿਸਤਾਨ ਦਾ ਇਲਾਕਾ ਹੈ ਇਹ ਸੂਰਜ ਹੈ ਠੀਕ ਹੈ ਅੱਗੇ ਪੜਦੇ ਹਾਂ ਹੁਣ ਆਪਾਂ ਰੀਮੂ ਊਠ ਉੱਤੇ ਬੈਠ ਗਿਆ ਆਰਾਮ ਨਾਲ ਬੈਠਾ ਉਹ ਕੋਈ ਗੀਤ ਗੁਣਗਣਾਉਣ ਲੱਗਿਆ ਊਠਾਂ ਦੇ ਗਲਾਂ ਵਿੱਚ ਬੰਨੀਆਂ ਟੱਲੀਆਂ ਟੁਣਕ ਰਹੀਆਂ ਸਨ ਫਿਰ ਉਹ ਪਾਲ ਵਿੱਚ ਤੁਰਦੇ ਊਠਾਂ ਨੂੰ ਵੇਖਣ ਲੱਗਿਆ ਉੱਚੇ ਉੱਚੇ ਊਠ ਦੇ ਤੇ ਨਾਲ ਊਠ ਉਹਨਾਂ ਦੇ ਲੰਮੇ ਲੰਮੇ ਪਰਸ਼ਾਵੇਂ ਦਿਖਾਈ ਦੇ ਰਹੇ ਸਨ ਅਚਾਨਕ ਕ੍ਰੀਮੂ ਆਪਣੇ ਅੱਗੇ ਜਾਂਦੇ ਊਠਾਂ ਨੂੰ ਗਿਣਨ ਲੱਗਿਆ 1 2 3 4 5 6 7 8 9 ਹੈ ਇਹ ਕੀ ਊਠ ਤਾਂ 10 ਦਾ ਸਨ 9 ਕਿਵੇਂ ਰਹਿ ਗਏ ਕ੍ਰੀਮੂ ਕਬਰਕੇ ਠਾਂ ਉਤਰਿਆ ਫਿਰ ਉਹ ਊਠਾਂ ਨੂੰ ਗਿਣਨ ਲੱਗਾ ਊਠ 10 ਹੀ ਨਿਕਲੇ ਉਸ ਨੂੰ ਸ਼ਾਇਦ ਭਲੇਖਾ ਲੱਗ ਗਿਆ ਸੀ ਇਸੇ ਪਿੱਛੋਂ ਉਹ ਮੋੜ ਊਠ ਉੱਤੇ ਜਾ ਬੈਠਿਆ ਉਸਨੇ ਊਠ ਉੱਤੇ ਬੈਠਦਿਆਂ ਹੀ ਊਠਾਂ ਨੂੰ ਫਿਰ ਤੋਂ ਗਿਣਨਾ ਸ਼ੁਰੂ ਕਰ ਦਿੱਤਾ 1 2 3 4 5 6 7 8 9 ਹਾਏ ਊਠ ਤਾਂ ਫੇਰ 9 ਹੀ ਰਹਿ ਗਏ ਇੱਕ ਊਠ ਕਿੱਥੇ ਗਿਆ ਕਰੀਮੂ ਬੇਚੈਨ ਹੋ ਗਿਆ ਉਹ ਊਠ ਤੋਂ ਛਾਲ ਮਾਰ ਕੇ ਹਟਾ ਉਤਰਿਆ ਉਸਨੇ ਸਾਰੇ ਊਠ ਖੜਾ ਲਈ ਫਿਰ ਹਰੇਕ ਨੂੰ ਹੱਥ ਲਾ ਲਾ ਕੇ ਗਿਣਨ ਲੱਗਿਆ ਉਸਨੇ ਸੁੱਖ ਦਾ ਸਾਹ ਲਿਆ ਊਠ 10 ਹੀ ਸਨ ਇਸ ਪਿੱਛੋਂ ਕਰੀਮੂ ਊਠ ਉੱਤੇ ਨਾ ਬੈਠਿਆ ਊਠ ਉੱਤੇ ਬੈਠਣ ਨਾਲ ਇੱਕ ਊਠ ਘਟ ਜਾਂਦਾ ਸੀ ਇੰਨਾ ਮਹਿੰਗਾ ਊਠ ਨਾ ਬਾਬਾ ਨਾ ਮੈਂ ਤਾਂ ਔਖਾ ਸੌਖਾ ਪੈਦਲ ਹੀ ਚੱਲਾਂਗਾ ਜਦੋਂ ਵੀ ਬਾਬਾ ਜੀ ਇਹ ਕਹਾਣੀ ਸੁਣਾਉਂਦੇ ਤਾਂ ਅਸੀਂ ਖੂਬ ਹੱਸਦੇ ਇਸ ਤੋਂ ਬਾਅਦ ਪਿਆਰੇ ਬੱਚਿਓ ਆਪਾਂ ਕਰਦੇ ਹਾਂ ਔਖੇ ਸ਼ਬਦਾਂ ਦੇ ਅਰਥ ਇਸ ਤੋਂ ਬਾਅਦ ਪ੍ਰਸ਼ਨ ਉੱਤਰ ਕਰਾਂਗੇ ਸ਼ਬਦ ਅਰਥ ਮੰਡੀ ਮੰਡੀ ਦਾ ਅਰਥ ਹੁੰਦਾ ਬਾਜ਼ਾਰ ਨਕੀਲ ਪਸ਼ੂ ਦੇ ਨੱਕ ਵਿੱਚ ਪਾਈ ਰੱਸੀ ਟੁਣਕ ਖੜਕਾਰ ਕਬਰ ਕੇ ਡਰ ਕੇ ਖੂਬ ਬਹੁਤ ਰੇਤਲਾ ਰੇਤ ਵਾਲਾ ਪਖਣਾ ਗਰਮ ਪਾਲ ਕਤਾਰ ਮਹਿੰਗਾ ਕੀਮਤੀ ਹੁਣ ਆਪਾਂ ਪ੍ਰਸ਼ਨ ਉੱਤਰ ਕਰਦੇ ਹਾਂ ਮੌਖਿਕ ਪ੍ਰਸ਼ਨ ਨੰਬਰ 1 ਜੈਸਮੀਨ ਨੂੰ ਕਿਸ ਦੀ ਸੁਣਾਈ ਕਹਾਣੀ ਜ਼ਿਆਦਾ ਆਈ ਜੈਸਮੀਨ ਨੂੰ ਕਿਸ ਦੀ ਸੁਣਾਈ ਕਹਾਣੀ ਜ਼ਿਆਦਾ ਆਈ ਉੱਤਰ ਹੈਗੇ ਜੈਸਮੀਨ ਨੂੰ ਆਪਣੇ ਬਾਬਾ ਜੀ ਦੀ ਸੁਣਾਈ ਕਹਾਣੀ ਜ਼ਿਆਦਾ ਆਈ ਕਿਸ ਦੀ ਕਹਾਣੀ ਸੁਣਨ ਜ਼ਿਆਦਾ ਹੀ ਆਪਣੇ ਬਾਬਾ ਜੀ ਦੀ ਕਹਾਣੀ ਬਾਬਾ ਜੀ ਦੀ ਸੁਣਾਈ ਕਹਾਣੀ ਜ਼ਿਆਦਾ ਆਈ ਨੰਬਰ 2 ਕਰੀਮੂ ਊਠ ਉੱਤੇ ਬੈਠ ਕੇ ਕੀ ਕਰਨ ਲੱਗਾ ਕਰੀਮੂ ਨੂੰ ਊਠ ਉੱਤੇ ਆਰਾਮ ਨਾਲ ਬੈਠ ਕੇ ਕਰੀਮੂ ਇੱਥੇ ਨੂ ਨਹੀਂ ਲਿਖਿਆ ਜਾਏਗਾ ਠੀਕ ਹੈ ਕਰੀਮੂ ਊਠ ਉੱਤੇ ਆਰਾਮ ਨਾਲ ਬੈਠ ਕੇ ਕੋਈ ਗੀਤ ਗੁੰਗਣਾਉਣ ਲੱਗਾ ਰਾਹ ਕਿਹੋ ਜਿਹਾ ਸੀ ਰਾਹਾ ਲੰਮਾ ਅਤੇ ਰੇਤਲਾ ਸੀ ਇਸ ਤੋਂ ਬਾਅਦ ਪਿਆਰੇ ਬੱਚਿਓ ਆਪਾਂ ਤਿੰਨ ਨੰਬਰ ਵੱਲ ਚੱਲਦੇ ਹਾਂ ਤਿੰਨ ਨੰਬਰ ਦੇ ਵਿੱਚ ਕੀ ਪੁੱਛਿਆ ਗਿਆ ਠੀਕ ਵਾਕਾਂ ਅੱਗੇ ਸਹੀ ਦਾ ਨਿਸ਼ਾਨ ਅਤੇ ਗਲਤ ਵਾਕਾਂ ਵਾਕਾਂ ਅੱਗੇ ਗਲਤ ਦਾ ਨਿਸ਼ਾਨ ਲਾਓ ਊੜਾ ਊਠਾਂ ਦੇ ਗਲਾਂ ਵਿੱਚ ਟੱਲੀਆਂ ਬੰਨੀਆਂ ਸਨ ਤਾਂ ਬੱਚਿਓ ਇਹ ਬਿਲਕੁਲ ਸਹੀ ਹੈ ਊਠਾਂ ਦੇ ਗਲਾਂ ਵਿੱਚ ਟੱਲੀਆਂ ਬੰਨੀਆਂ ਸਨ ਇਸ ਕਰਕੇ ਆਪਾਂ ਸਹੀ ਦਾ ਨਿਸ਼ਾਨ ਲਾ ਦਾਂਗੇ ਨੰਬਰ 2 ਕਰੀਮੂ ਦੇ ਬਾਰ ਬਾਰ ਗਿਣਨ ਤੇ ਦੋ ਊਠ ਘਟ ਜਾਂਦੇ ਸਨ ਬੱਚਿਓ ਇਹ ਗਲਤ ਹੈ ਕਿਉਂਕਿ ਊਠ ਇੱਕ ਘਟਦਾ ਸੀ ਠੀਕ ਹੈ ਦੂਸਰੇ ਗਿਣਨ ਤੇ ਨੌ ਰਹਿ ਜਾਂਦੇ ਸੀ ਊਠ ਪਰ 10 ਸੀ ਤਾਂ ਇੱਕ ਘਟਦਾ ਸੀ ਨੰਬਰ 3 ਕਰੀਮੂ ਅਖੀਰਲੇ ਊਠ ਉੱਪਰ ਬੈਠਾ ਸੀ ਹਾਂ ਇਹ ਬੱਚਿਓ ਬਿਲਕੁਲ ਸਹੀ ਹੈ ਕਿਉਂਕਿ ਉਹ ਅਖੀਰਲੇ ਊਠ ਉੱਪਰ ਬੈਠਾ ਸੀ ਨੰਬਰ 4 ਸਸਾ ਕ੍ਰੀਮੂ ਉੱਠਾਂ ਨੂੰ ਖੇਤ ਲੈ ਜਾ ਰਿਹਾ ਸੀ ਇਹ ਗੱਲ ਬੱਚਿਓ ਬਿਲਕੁਲ ਗਲਤ ਹੈ ਕਿਉਂਕਿ ਉਹ ਬੱਚ ਜਿਹੜੇ ਉੱਠ ਸੀ ਉਹਨਾਂ ਨੂੰ ਖੇਤ ਨਹੀਂ ਲੈ ਕੇ ਜਾ ਰਿਹਾ ਸੀ ਉਹ ਕਿੱਥੇ ਲੈ ਕੇ ਜਾ ਰਿਹਾ ਸੀ ਉਹ ਮੰਡੀ ਲੈ ਕੇ ਜਾ ਰਿਹਾ ਸੀ ਠੀਕ ਹੈ ਨੰਬਰ 4 ਠੀਕ ਸ਼ਬਦ ਚੁਣ ਕੇ ਖਾਲੀ ਥਾਂਵਾਂ ਭਰੋ ਉੜਾ ਪਿੰਡ ਤੋਂ ਦੂਰ ਸ਼ਹਿਰ ਵਿੱਚ ਉੱਠਾਂ ਦੀ ਡੈਸ਼ ਲੱਗਦੀ ਸੀ ਕੀ ਲੱਗਦੀ ਸੀ ਕਤਾਰ ਕਮੰਡੀ ਤਾਂ ਬੱਚਿਓ ਉੱਠਾਂ ਦੀ ਕੀ ਲੱਗਦੀ ਸੀ ਉੱਠਾਂ ਦੀ ਮੰਡੀ ਲੱਗਦੀ ਸੀ ਆੜਾ ਕ੍ਰੀਮੂ ਨੂੰ ਰੇਤ ਉੱਤੇ ਤੁਰਨਾ ਡੈਸ਼ ਲੱਗਦਾ ਸੀ ਕ੍ਰੀਮੂ ਨੂੰ ਕੀ ਲੱਗਦਾ ਸੀ ਔਖਾ ਈਡੀ ਕ੍ਰੀਮੂ ਕੋਈ ਡੈਸ਼ ਗੁਣਗਣਾਉਣ ਲੱਗਿਆ ਕੀ ਗੁਣਗਣਾਉਣ ਲੱਗਿਆ ਗੀਤ ਸਸਾ ਉਠਾਂ ਦੇ ਗਲਾਂ ਵਿੱਚ ਬੰਨੀਆਂ ਟੱਲੀਆਂ ਡੈਸ਼ ਰਹੀਆਂ ਸਨ ਕੀ ਰਹੀਆਂ ਸੀ ਟੁਣਕਾ ਹਹਾ ਉੱਚੇ ਉਠਾਂ ਉਠਾਂ ਦੇ ਪਰਛਾਵੇਂ ਡੈਸ਼ ਸਨ ਉੱਚੇ ਉਠਾਂ ਦੇ ਪਰਛਾਵੇਂ ਡੈਸ਼ ਸਨ ਕੀ ਸਨ ਲੰਮੇ ਨੰਬਰ 5 ਖੇਡ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਨੰਬਰ 1 ਨੰਬਰ ਊੜਾ ਹੈ ਕਿਰੀਮੂ ਕੋਲ ਕਿੰਨੇ ਊਠ ਸਨ ਕਿਰੀਮੂ ਕੋਲ 10 ਊਠ ਸਨ ਅੜਾ ਕਿਰੀਮੂ ਕਿਹੜੇ ਊਠ ਉੱਤੇ ਬੈਠਿਆ ਕਿਰੀਮੂ ਅਖੀਰਲੇ ਊਠ ਉੱਪਰ ਬੈਠਾ ਸੀ ਈੜੀ ਕਿਰੀਮੂ ਕਿਹੜਾ ਊਠ ਗਿਣਨਾ ਭੁੱਲ ਜਾਂਦਾ ਸੀ ਕਿਰੀਮੂ ਕਿਹੜਾ ਊਠ ਗਿਣਨਾ ਭੁੱਲ ਜਾਂਦਾ ਸੀ ਜਿਸ ਊਠ ਉੱਪਰ ਕਿਰੀਮੂ ਬੈਠਾ ਸੀ ਉਸ ਨੂੰ ਗਿਣਨਾ ਭੁੱਲ ਜਾਂਦਾ ਸੀ ਸੱਸਾ ਕਰੀਮੂ ਫਿਰ ਊਠ ਉੱਤੇ ਕਿਉਂ ਨਾ ਬੈਠਾ ਕਿਉਂ ਨਾ ਬੈਠਿਆ ਜਦੋਂ ਕਰੀਮੂ ਊਠ ਉੱਪਰ ਬੈਠਦਾ ਤਾਂ ਇੱਕ ਊਠ ਘਟ ਜਾਂਦਾ ਸੀ ਇਸ ਕਰਕੇ ਕਰੀਮੂ ਦੁਬਾਰਾ ਊਠ ਉੱਪਰ ਨਾ ਬੈਠਿਆ ਉਹ ਕਹਿੰਦਾ ਐਨਾ ਮਹਿੰਗਾ ਊਠ ਮੈਂ ਤਾਂ ਤੁਰ ਕੇ ਹੀ ਚਲਾ ਜਾਵਾਂਗਾ ਐਨਾ ਮਹਿੰਗਾ ਊਠ ਉੱਪਰ ਬੈਠਣ ਨਾਲ ਘਟ ਜਾਂਦਾ ਹੈ ਇਸ ਪਾਠ ਵਿੱਚ ਦੋਹਰਾ ਵਾਲੇ ਸਮਾਸੀ ਸ਼ਬਦ ਹੋਰ ਸ਼ਬਦ ਲਿਖੋ ਜਿਵੇਂ ਕਿ ਇਸ ਪਾਠ ਵਿੱਚੋਂ ਦੁਹਰਾਵ ਵਾਲੇ ਸ਼ਬਦ ਲਿਖਣੇ ਨੇ ਆਪਾਂ ਨੇ ਠੀਕ ਹੈ ਜਿਵੇਂ ਸਾਨੂੰ ਦੱਸਿਆ ਗਿਆ ਚਲਦਾ ਚਲਦਾ ਇਸ ਤਰ੍ਹਾਂ ਦੇ ਠੀਕ ਹੈ ਬਾਗ ਦੇ ਵਿੱਚ ਜਿਨ੍ਹਾਂ ਦੇ ਵਿੱਚ ਲੰਡੀ ਆਈਏ ਸ਼ਬਦਾਂ ਦੇ ਵਿੱਚ ਪਾਠ ਦੇ ਵਿੱਚ ਉਹ ਸ਼ਬਦ ਲਿਖਣਾ ਨੇ ਜਿਵੇਂ ਲੰਮੇ ਲੰਮੇ ਠੀਕ ਹੈ ਔਖਾ ਸੌਖਾ ਲਾ ਲਾ ਦੂਰ ਦੂਰ ਉੱਚੇ ਉੱਚੇ ਸਮਝੋ ਤੇ ਕਰੋ ਇਸ ਤੋਂ ਬਾਅਦ ਸਮਝਣਾ ਤੇ ਕਰਨਾ ਚੈਨ ਚੈਨ ਦਾ ਉਲਟ ਕੀ ਹੁੰਦਾ ਹੈ ਬੇਚੈਨ ਫਿਕਰ ਫਿਕਰ ਦਾ ਉਲਟ ਕੀ ਹੁੰਦਾ ਹੈ ਬੇਫਿਕਰ ਆਰਾਮ ਆਰਾਮ ਦਾ ਕਿ ਉਲਟ ਹੁੰਦਾ ਹੈ ਬੇਆਰਾਮ ਸਮਝੋ ਤੇ ਲਿਖੋ ਟੱਲੀ ਟੱਲੀਆਂ ਤਾਂ ਇੱਕ ਟੱਲੀ ਤੋਂ ਬਹੁਤ ਸਾਰੀਆਂ ਟੱਲੀਆਂ ਹੋ ਗਈਆਂ ਠੀਕ ਹੈ ਹੁਣ ਆਪਾਂ ਇਹਦੇ ਤਰ੍ਹਾਂ ਹੋਰ ਵੀ ਕਰਾਂਗੇ ਕਹਾਣੀ ਕਹਾਣੀ ਤੋਂ ਬਹੁਤ ਸਾਰੀਆਂ ਕਹਾਣੀਆਂ ਠੀਕ ਹੈ ਕਹਾਣੀਆਂ ਮੰਡੀ ਮੰਡੀਆਂ ਕਾਪੀ ਕਾਪੀਆਂ ਤਾਂ ਬੱਚਿਓ ਇਸ ਤੋਂ ਬਾਅਦ ਤੁਸੀਂ ਊਠ ਦੇ ਜਿਹੜਾ ਚਿੱਤਰ ਹੈ ਇਸ ਦੇ ਵਿੱਚ ਰੰਗ ਭਰਨਾ ਹੈ ਠੀਕ ਹੈ ਤੁਸੀਂ ਇਹਦੇ ਵਿੱਚ ਰੰਗ ਭਰਨਾ ਹੈ ਆਪਣੇ ਰੰਗਦਾਰ ਪਲਸਣ ਜਾਂ ਕਿਸੇ ਵੀ ਪਲਸਣ ਦੇ ਨਾਲ ਇਸ ਤਰ੍ਹਾਂ ਰੰਗ ਭਰ ਦੇਣਾ ਹੈਗੇ ਇਹ ਕੰਮ ਤੁਸੀਂ ਖੁਦ ਕਰਨਾ ਹੈ ਤੇ ਇਸ ਤੋਂ ਬਾਅਦ ਆਪਾਂ ਲਿਖਣੇ ਨੇ ਊਠ ਬਾਰੇ ਪੰਜ ਬਾਕ ਊਠ ਬਾਰੇ ਪੰਜ ਬਾਕ ਲਿਖਣੇ ਨੇ ਨੰਬਰ 1 ਊਠ ਇੱਕ ਵਿਸ਼ਾਲ ਪਸ਼ੂ ਹੈ ਵਿਸ਼ਾਲ ਕਿਤੇ ਕਿੰਨਾ ਲੰਮਾ ਹੁੰਦਾ ਹੈ ਹਨਾ ਊਠ ਨੰਬਰ 2 ਊਠ ਦਾ ਰੰਗ ਹਲਕਾ ਪੂਰਾ ਹੁੰਦਾ ਹੈ ਨੰਬਰ 3 ਊਠ ਰੇਗਿਸਤਾਨ ਦੇ ਖੇਤਰ ਵਿੱਚ ਪਾਇਆ ਜਾਂਦਾ ਹੈ ਨੰਬਰ 4 ਊਠ ਨੂੰ ਰੇਗਿਸਤਾਨ ਦਾ ਜਹਾਜ਼ ਕਿਹਾ ਜਾਂਦਾ ਹੈ। ਨੰਬਰ 5 ਊਠ ਦੀ ਗਰਦਨ ਲੰਬੀ ਹੁੰਦੀ ਹੈ। ਨੰਬਰ 6 ਊਠ ਨੂੰ ਪਿਆਸ ਘਟ ਲੱਗਦੀ ਹੈ। ਉਹ ਪਾਣੀ ਤੋਂ ਬਿਨਾਂ 1 ਮਹੀਨੇ ਤੱਕ ਰਹਿ ਸਕਦਾ ਹੈ। ਨੰਬਰ 7 ਊਠ ਨੂੰ ਪਸੀਨਾ ਘਟ ਆਉਂਦਾ ਹੈ। ਤਾਂ ਬੱਚਿਓ ਤੁਸੀਂ ਲਿਖ ਸਕਦੇ ਹੋ। ਠੀਕ ਹੈ। ਅਗਲਾ ਪਾਠ ਜਲਦ ਲੈ ਕੇ ਹਾਜ਼ਰ ਹੋਵਾਂਗੇ। ਅਗਲਾ ਸਾਡਾ ਪਾਠ ਨੰਬਰ 3 ਹੈਗਾ ਦੋਸਤੀ। ਇਹ ਵੀ ਜਲਦ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। Okay, <laughs>